ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤਾਂ ਕਿ ਇਹ ਤਾਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਨ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਸੰਬੰਧਿਤ ਹੈ ਸੰਤ ਗਿਆਨ ਸਿੰਘ ਜੀ ਲਖਮੀਪੁਰ ਖੀਰੀ ਮਲਕ ਫਾਰਮ ਸੰਤ ਜੀ ਦੱਸਦੇ ਹਨ ਕਿ ਜਦੋਂ ਡਾਕਟਰ ਵੈਦ ਕੁਝ ਨਹੀਂ ਕਰ ਸਕਦੇ ਜਦੋਂ ਕੋਈ ਮਨੁੱਖ ਆਪਣੀ ਬਿਮਾਰੀ ਦੇ ਹੱਥੋਂ ਅਤ ਦੁਖੀ ਹੋ ਕੇ 사드ਗੁਰ ਦੇ ਚਰਣਾ ਵਿੱਚ ਪੁਕਾਰ ਕਰਦਾ ਹੈ ਤਾਂ 사드ਗੁਰ ਆਪਣੀ ਸਿੱਖ ਦੀ ਰੱਖਿਆ ਆਪ ਕਰਦਾ ਹੈ। ਸੰਤ ਜੀ ਦੱਸਦੇ ਹਨ ਕਿ ਇੱਕ ਵਾਰ ਇਹੋਲੇ ਦਾ ਮੇਲਾ ਵੇਖ ਕੇ ਸ਼੍ਰੀ ਭੈਣੀ ਸਾਹਿਬ ਤੋਂ ਵਾਪਸ ਆਪਣੇ ਘਰ ਗਏ ਤਾਂ ਉੱਥੇ ਜਾ ਕੇ ਬਹੁਤ ਬਿਮਾਰ ਹੋ ਗਏ। ਉਹਨਾਂ ਦੇ ਅੰਦਰ ਜਲਨ ਹੋਣੀ ਇਸ ਤਰ੍ਹਾਂ ਲੱਗਣਾ ਜਿਵੇਂ ਅੰਦਰ ਅੱਗ ਬਲਦੀ ਪਈ ਹੋਵੇ। ਨਾਲ ਹੀ ਪੇਟ ਵਿੱਚ ਹਵਾ ਗੋਲਾ ਜਿਹਾ ਬਣ ਜਾਵੇ। ਉਹ ਹਵਾ ਸਿਰ ਨੂੰ ਚੜੀ ਜਾਣੀ ਅਤੇ ਉਹਨਾਂ ਨੂੰ ਚੱਕਰ ਆ ਜਾਣਾ ਦਿਸਣਾ ਵੀ ਬੰਦ ਹੋ ਜਾਣਾ ਉਹ ਡਿੱਗਣ ਲੱਗ ਪੈਂਦੇ ਸਨ ਇਸ ਲਈ ਉਹਨਾਂ ਨੂੰ ਇਸ ਹਾਲਤ ਵਿੱਚ ਹੋਣ ਕਰਕੇ ਕੋਈ ਨਾ ਕੋਈ ਕੋਲ ਰਹਿੰਦਾ ਸੀ ਅਤੇ ਉਹਨਾਂ ਨੂੰ ਡਿੱਗਣ ਤੋਂ ਫੜ ਕੇ ਬਚਾਉਂਦਾ ਸੀ ਜਾਂ ਫਿਰ ਉਹਨਾਂ ਨੇ ਆਪ ਹੀ ਕਿਸੇ ਚੀਜ਼ ਦਾ ਸਹਾਰਾ ਲੈ ਕੇ ਡਿੱਗਣ ਤੋਂ ਬਚਣਾ ਪ੍ਰਸ਼ਾਦਾ ਪਾਣੀ ਛੱਕਰ ਨੂੰ ਵੀ ਉਹਨਾਂ ਦਾ ਜੀ ਨਹੀਂ ਸੀ ਕਰਦਾ ਇਥੋਂ ਤੱਕ ਕਿ ਉਹਨਾਂ ਨੂੰ ਉਪਰ ਸਾਧਾ ਵੇਖਣਾ ਵੀ ਚੰਗਾ ਨਹੀਂ ਸੀ ਲੱਗਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜ਼ਹਿਰ ਪਿਆ ਹੁੰਦਾ ਹੈ ਬੜੇ ਇਲਾਜ ਕਰਵਾਏ ਪਰ ਕੋਈ ਫਰਕ ਹੀ ਨਾ ਪਵੇ ਹੁਣ ਇੱਕੋ ਸਾਧਗੁਰ ਜੀ ਰਾਸ ਰਸੀ ਰੋਜ਼ ਦੋ ਤਿੰਨ ਵਾਰੀ ਸ਼੍ਰੀ ਭੈਣੀ ਸਾਹਿਬ ਟੈਲੀਫੋਨ ਰਾਹੀਂ ਸਾਧਗੁਰ ਜੀ ਦੇ ਚਰਨਾਂ ਵਿਚ ਅਰਜ ਕਰਦੇ ਅਖੀਰ ਸੰਤ ਜਗਤਾਰ ਸਿੰਘ ਜੀ ਨੇ ਉਹਨਾਂ ਨੂੰ ਸ਼੍ਰੀ ਭੈਣੀ ਸਾਹਿਬ ਆਉਣ ਦਾ ਹੁਕਮ ਕੀਤਾ 8 ਮਈ 2009 ਨੂੰ ਹੁਕਮ ਅਨੁਸਾਰ ਸ਼੍ਰੀ ਭੈਣੀ ਸੇ ਪਹੁੰਚੇ। ਸੰਤ ਜਗਤਾਰ ਸਿੰਘ ਜੀ ਨੇ ਆਪਣੇ ਆਦਮੀ ਨਾਲ ਉਹਨਾਂ ਨੂੰ ਸਾਗੂ ਪ੍ਰਤਾਪ ਸਿੰਘ ਅਪੋਲੋ ਹਸਪੀਟਲ ਲੁਧਿਆਣਾ ਭੇਜਿਆ। ਡਾਕਟਰਾਂ ਨੇ ਚੈੱਕਅਪ ਕਰਕੇ ਦੱਸਿਆ ਕਿ ਕੋਈ ਵੀ ਨੁਕਸ ਨਹੀਂ ਹੈ। ਉਹਨਾਂ ਇਲਾਜ ਸ਼ੁਰੂ ਕੀਤਾ ਪਰ ਕੋਈ ਫਰਕ ਹੀ ਨਾ ਪਿਆ। ਅਖੀਰ 12 ਮਈ ਦੇ ਦਿਨ ਦਾ ਸੂਰਜ ਸੰਤਾ ਵਾਸਤੇ ਖੁਸ਼ੀ ਲੈ ਕੇ ਆਇਆ। ਉਸ ਦਿਨ ਦੁਨੀਆ ਦੇ ਵਾਲੀ ਕੁਲ ਬ੍ਰਹੰਡ ਦੇ ਮਾਲਕ ਸਾਈਗੁਰਜ ਜਗਜੀਤ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਆਪਣੀ ਕੋਠੀ ਬੁਲਾਇਆ ਹੁਕਮ ਕੀਤਾ ਕਿ ਹੋਰ ਕੋਈ ਵੀ ਨਾਲ ਨਾ ਆਵੇ ਸੱਚੇ ਬਾਦਸ਼ਾਹ ਜੀ ਨੇ ਉਹਨਾਂ ਨੂੰ ਕਮਰੇ ਅੰਦਰ ਲਿਜਾ ਕੇ ਅੰਦਰੋਂ ਕੁੰਡੀ ਮਾਰ ਲਈ ਅਤੇ ਆਪ ਪਲੰਗ ਉੱਤੇ ਬੈਠ ਗਏ ਆਪਣਾ ਪਵਿੱਤਰ ਚਰਨ ਕਮਲ ਉਹਨਾਂ ਦੇ ਅੱਗੇ ਕਰ ਦਿੱਤਾ ਉਹ ਚਰਨ ਕਮਲ ਜਿਨ੍ਹਾਂ ਵਾਸਤੇ ਵੱਡੇ ਵੱਡੇ ॠषि मुनि ਵੀ ਤਰਸਦੇ ਹਨ ਸੰਤਾ ਨੇ ਚਰਣਾ ਤੇ ਨਮਸਕਾਰ ਕੀਤੀ ਅਤੇ ਆਪਣੇ ਹੱਥ ਚਰਨ ਉੱਤੇ ਫੇਰ ਕੇ ਚਰਨ ਧੂੜੀ ਆਪਣੇ ਸਰੀਰ ਉੱਤੇ ਹੱਥ ਫੇਰ ਕੇ ਲਗਾ ਲਈ ਇਸ਼ਾਰਾ ਹੋਇਆ ਕਿ ਬੈਠ ਜਾਓ ਸੰਤ ਬੈਠ ਗਏ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਆਪਣੀ ਨਦਰੀ ਨਦਰ ਨਿਹਾਲ ਕਰਨ ਵਾਲੀ ਨਿਗਾ ਸੰਤਾ ਦੇ ਪੈ ਧਿਆਨ ਨਾਲ ਸੰਤਾ ਨੂੰ ਵੇਖਦੇ ਰਹੇ ਫਿਰ ਇਸ਼ਾਰਾ ਕੀਤਾ ਕਿ ਜਾਓ ਵਾਸੋਥੀ ਇੱਕ ਕ੍ਰਿਸ਼ਮਾ ਹੋ ਗਿਆ ਉਸ ਦਿਵਲੇ ਉਹਨਾਂ ਦੀ ਸਾਰੇ ਰੋਗ ਕੱਟੇ ਗਏ ਕੋਈ ਵੀ ਦੁੱਖ ਨਹੀਂ ਰਿਹਾ ਉਹਨਾਂ ਨੇ ਬਾਹਰ ਆ ਕੇ ਲੰਗਰ ਵਿੱਚ ਜਾ ਕੇ ਰੱਜ ਕੇ ਪ੍ਰਸ਼ਾਦਾ ਛਕਿਆ ਜਿਨ੍ਹਾਂ ਨੂੰ ਪ੍ਰਸ਼ਾਦਾ ਵੇਖਣਾ ਵੀ ਨਹੀਂ ਸੀ ਚੰਗਾ ਲੱਗਦਾ ਉਹਨਾਂ ਨੇ ਪ੍ਰਸ਼ਾਦਾ ਬੜੀ ਖੁਸ਼ੀ ਨਾਲ ਛਕਿਆ ਸੰਤ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨਾਲ ਝੋਲੀ ਭਰ ਕੇ ਬਿਲਕੁਲ ਰਾਜੀ ਹੋ ਗਏ ਉਹ ਆਪਣੇ ਘਰ ਵਾਪਸ ਚਲੇ ਗਏ ਤਾਂ ਤਨ ਹਨ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਸ਼ਾ ਇੱਕ ਹੋਰ ਸਾਖੀ ਹੈ ਕਿ ਜਿੱਥੇ ਕਿਸੇ ਨੂੰ ਬੜੀ ਮੁਸ਼ਕਿਲ ਪੈ ਜਾਂਦੀ ਹੈ ਦੁਸ਼ਮਨ ਸੀਰ ਤੇ ਆ ਕੇ ਖਲੋ ਜਾਂਦਾ ਹੈ ਜਦੋਂ ਵਿਚਾਰਾ ਕੋਈ ਢਾਂਗ ਹੀ ਨਹੀਂ ਰਹਿ ਜਾਂਦਾ ਸਿਰ ਤੇ ਮੌਤ ਮੰਡਰਾਂ ਦੀ ਨਜ਼ਰ ਆਉਂਦੀ ਹੋਵੇ ਉਸ ਵੇਲੇ ਸਿਰਫ ਕਿ ਸਿਰਫ ਇੱਕ ਸਾਧਗੁਰੀ ਹੈ ਜਿਹੜਾ ਆਪਣੇ ਸਿੱਖ ਨੂੰ ਮੱਖਣ ਵਿੱਚੋਂ ਵਾਲ ਦੀ ਦਰਾਂ ਕੱਢ ਸਕਦਾ ਹੈ ਇਹ ਹੀ ਹਾਲ ਸੰਤ ਅਮਰ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਭਰਾ ਸੰਤ ਸਿੰਦਰ ਸਿੰਘ ਜੀ ਡਾਲਟਨ ਗੰਜ ਵਾਲਿਆ ਦਾ ਹੋਇਆ ਇੱਕ ਵਾਰੀ ਉਹ ਡਾਲਟਨ ਗੰਜ ਤੋਂ ਗੱਡੀ ਤੇ ਫਰਸਟ ਕਲਾਸ ਦੇ ਡੱਬੇ ਵਿੱਚ ਬੈਠ ਕੇ ਆ ਰਹੇ ਸਨ ਉਹਨਾਂ ਦੇ ਨਾਲ ਹੀ ਚਾਰ ਬੰਦੇ ਹੋਰ ਝਾੜ ਬੈਠੇ ਜਿਨ੍ਹਾਂ ਦੇ ਕੋਲ ਪਿਸਤੌਲਾਂ ਸਨ ਜਦੋਂ ਗੱਡੀ ਚੱਲੀ ਤਾਂ ਉਹ ਦੋ ਦੋ ਜਣੇ ਇਨਾ ਦੋਹਾਂ ਭਰਾਵਾਂ ਵੱਲ ਪਿਸਤੌਲਾਂ ਤਾਣ ਕੇ ਖਲੋਗੇ ਅਮਰ ਸਿੰਘ ਜੀ ਨੇ ਆਪਣੇ ਭਰਾ ਨੂੰ ਪੈਰਾਂ ਨਾਲ ਹਿਲਾ ਕੇ ਇਸ਼ਾਰਾ ਕੀਤਾ ਕਿ ਵੇਖ ਕੀ ਹੋਣ ਲੱਗਾ ਹੈ ਦੋਹਾਂ ਦੀ ਜਾਨ ਮੁਠ ਵਿੱਚ ਆ ਗਈ ਨਿਹੱਥੇ ਬੰਦੇ ਪਿਸਤੌਲਾਂ ਵਾਲਿਆਂ ਦਾ ਕਿਸ ਤਰ੍ਹਾਂ ਮੁਕਾਬਲਾ ਕਰ ਸਕਦੇ ਸਨ ਉਸ ਵੇਲੇ ਸਿਰ ਸਤਗੁਰੂ ਅੱਗੇ ਅਰਦਾਸ ਕੀਤੀ ਜਾ ਸਕਦੀ ਸੀ ਸੋ ਹੀ ਉਹਨਾਂ ਨੇ ਕੀਤੀ ਮੇ ਸਤਗੁਰ ਜੀ ਦਾ ਬਚਨ ਸੁਣਿਆ ਹੋਇਆ ਹੈ ਕਿ ਸਤਗੁਰ ਸਾਡੀ ਸ਼ਾ ਰਾਗ ਤੋਂ ਵੀ ਸਾਡੇ ਨੇੜੇ ਹੈ ਉਹਨਾਂ ਨੇ ਘਾਟ ਘਾਟ ਵਾਸੀ ਹਾਜ਼ਰ ਨਾਜ਼ਰ ਅਕਾਲਪੁਰ ਸਾਗੁਰ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਨਿਮਾਣੇ ਹੋ ਕੇ ਅਰਦਾਸ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਸਾਡੀ ਰੱਖਿਆ ਕਰੋ ਸ਼ਹੀਦਾਂ ਦਾ ਪੈਰ ਆਬਖਸ਼ੋ ਉਹਨਾਂ ਦੀ ਪੁਕਾਰ ਉਸ ਦਰਗਾਹ ਦੇ ਮਾਲਕ ਸਤਗੁਰ ਜੀ ਦੇ ਚਰਨਾਂ ਵਿੱਚ ਮਨਜ਼ੂਰ ਹੋ ਗਈ ਉਸ ਅੰਤਰਜਾਮੀ 사ਧਗੁਰ ਜੀ ਨੇ ਉਹਨਾਂ ਪਿਸਤੋਲਾਂ ਵਾਲਿਆਂ ਨੂੰ ਪਤਾ ਨਹੀਂ ਕੀ ਵਿਖਾਇਆ ਕਿ ਉਹ ਚਾਰੇ ਜਣੇ ਪਿਸਤੋਲਾਂ ਛੱਡ ਕੇ ਗੱਡੀ ਤੋਂ ਛਾਲਾ ਮਾਰ ਕੇ ਭੱਜ ਗਏ ਤਾਂ ਹਨ ਉਹ ਘਾਟ ਘਾਟ ਦੇ ਜਾਣਨ ਹਾਰ 사ਧਗੁਰ ਜਗਜੀਤ ਸਿੰਘ ਜੀ ਉਸ 사ਧਗੁਰੂ ਨੂੰ ਕਦੀ ਵੀ ਮਨੁੱਖ ਨਹੀਂ ਸਮਝਣਾ ਚਾਹੀਦਾ ਉਹ ਤੇ ਆਮ ਨਾਰਾਇਣ ਗਲਾਧਾਰ ਜਗ ਤੇ ਆਇਆ ਹੈ ਇੱਕ ਹੋਰ ਛੋਟੀ ਜੀ ਸਾਖੀ ਹੈ ਇੱਕ ਵਾਰ ਜਥੇਦਾਰ ਸੇਵਾ ਸਿੰਘ ਜੀ ਸਰਸੇ ਵਾਲਿਆ ਦੇ ਬੇਟੇ ਸਰਦਾਰ ਸਿੰਘ ਦੀ ਅੱਖਾਂ ਦੀ ਰੌਸ਼ਨੀ ਬੜੀ ਘਟ ਗਈ। ਉਸ ਵੇਲੇ ਉਹਦੀ ਉਮਰ 25 ਕੋਸਾਲਾ ਦੀ ਸੀ। ਸੱਚੇ ਪਾਤਸ਼ਾਹ ਜੀ ਨੇ ਜਦੋਂ ਵੀ ਜੀਵਨਗਰ ਜਾਣਾ ਹੁੰਦਾ ਸੀ ਤਾਂ ਰਸਤੇ ਵਿੱਚ ਬੜੀ ਵਾਰੀ ਉਹਨਾਂ ਦਾ ਡੇਰਾ ਜਥੇਦਾਰ ਸੇਵਾ ਸਿੰਘ ਜੀ ਦੇ ਘਰ ਹੀ ਹੁੰਦਾ ਸੀ। ਇੱਕ ਵਾਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਘਰ ਚਰਨ ਪਾਏ ਤਾਂ ਸਰਦਾਰ ਸਿੰਘ ਦੀ ਮਾਤਾ ਨੇ ਅਰਜ਼ ਕੀਤੀ ਕੀ ਸੱਚੇ ਪਾਤਸ਼ਾਹ ਜੀ ਸਰਦਾਰ ਸਿੰਘ ਦੀ ਨਜ਼ਰ ਬਹੁਤ ਘਟ ਗਈ ਹੈ ਇਸ ਨੂੰ ਐਨਕ ਲਗਾ ਕੇ ਵੀ ਬਹੁਤ ਘਟ ਦਿਸਦਾ ਹੈ ਆਪ ਜੀ ਕਿਰਪਾ ਕਰੋ ਉਹਨਾਂ ਦੇ ਘਰ ਦੇ ਗੇਟ ਦੇ ਅੱਗੇ ਇੱਕ ਬੁੱਟੀ ਜਿਹੀ ਉੱਗੀ ਹੋਈ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹਸਤ ਕਮਲਾ ਨਾਲ ਪੁੱਟ ਕੇ ਉਹ ਬੁੱਟੀ ਉਹਨਾਂ ਨੂੰ ਦੇ ਦਿੱਤੀ ਕਿ ਇਹ ਬੁੱਟੀ ਪੀਸ ਕੇ ਉਹਦਾ ਰਸ ਕੱਢ ਕੇ ਇਸ ਦੀਆਂ ਅੱਖਾਂ ਵਿੱਚ ਪਾਓ ਬਸ ਦੋ ਤਿੰਨ ਵਾਰੀ ਉਹ ਰਸਪੌਂਦੇ ਨਾਲ ਅੱਖਾਂ ਉਹਦੀਆਂ ਬਿਲਕੁਲ ਠੀਕ ਹੋ ਗਈਆਂ ਅਸਰ ਤਾਂ ਬੂਟੀ ਦੇ ਰਸ ਦਾ ਨਹੀਂ ਸਗੋਂ ਇਹ ਤਾਂ ਸਾਰੀ ਕਿਰਪਾ ਉਸ ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਸੀ ਤਾਂ ਹਨ ਤਾਂ ਹਨ ਸਤਿਗੁਰ ਜਗਜੀਤ ਸਿੰਘ ਜੀ ਕਰਨ ਕਾਰਨ ਸਮਰਾਤ ਸਤਿਗੁਰ ਜੀ ਆਓ ਅਸੀਂ ਵੀ ਉਹਨਾਂ ਦੇ ਚਰਨਾਂ 'ਤੇ ਦੋਨੋਂ ਹੱਥ ਜੋੜ ਕੇ ਨਮਸਕਾਰ ਕਰ ਲਈਏ ਤਾਂ ਸੇ ਵੀ ਸਤਿਗੁਰ ਜਗਜੀਤ ਸਿੰਘ ਜੀ